ਇੰਟੈਗ੍ਰਿਟੀ ਨਾਉ ਤੋਂ ਮੇਅਰ ਦੇ ਪਦ ਲਈ ਲੜ ਰਹੇ ਬਰੂਸ ਹੇਨ ਨੇ ਬ੍ਰੇਕ ਤੋਂ ਪਹਿਲਾਂ ਸਾਨੂੰ ਦੱਸਿਆ ਕੀ ਹੈ ਉਹਨਾਂ ਦਾ ਵਿਜ਼ਨ। ਇਸੀ ਟੀਮ ਨਾਲ ਕਾਉਂਸਲ ਵਾਸਤੇ ਇਹ ਵੀ ਤਾਲੀਬਾਲ ਜਿਹੜੇ ਹੈਗੇ ਨੇ ਉਹ ਵੀ ਮੈਦਾਨ ਵਿੱਚ ਆਏ ਨੇ। ਆਓ ਉਹਨਾਂ ਨਾਲ ਸਾਂਝ ਪਾਉਂਦੇ ਅਤੇ ਗੱਲਬਾਤ ਕਰਕੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਕਿ ਉਹ ਕੀ ਸਮਝਦੇ ਨੇ, ਕਿਸ ਤਰੀਕੇ ਨਾਲ ਉਹ ਕੰਟਰੀਬਿਊਟ ਕਰ ਸਕਦੇ ਨੇ ਫੋਰ ਅ ਬੈਟਰ ਸਟੋਰੀ। ਜੀ ਹਾਂ, ਵੈਲਕਮ ਟੂ ਦ ਪ੍ਰੋਗਰਾਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ। ਸੋ ਆਪਣੇ ਬਾਰੇ ਥੋੜ੍ਹਾ ਜਿਹਾ ਸਾਨੂੰ ਦੱਸੋ, ਕਿੱਥੇ ਤੁਸੀਂ ਪੜ੍ਹੇ ਹੋ ਅਤੇ ਕੀ ਕਰਦੇ ਹੋ ਤੁਸੀਂ? ਮੈਂ ਇੱਥੇ ਸਟੋਰੀ ਦੇ ਵਿੱਚ ਬੋਰਨ ਐਂਡ ਰੇਜ਼ ਹੋਇਆ। ਮੈਂ ਐਨ ਡੀ ਐਲ ਟ੍ਰੈਡੀਸ਼ਨਲ ਐਲੀਮੈਂਟਰੀ ਸਕੂਲ ਗਿਆ, ਪੋਰਟੇਬਲ ਦੇ ਵਿੱਚ। ਓਕੇ। ਅਤੇ ਫਿਰ ਉਹ ਤੋਂ ਬਾਅਦ ਮੈਂ ਸਾਊਥ ਰਿਜ ਹਾਈ ਸਕੂਲ ਤੋਂ ਗ੍ਰੈਜੂਏਟ ਹੋਇਆ। ਜੀ। ਗ੍ਰੈਜੂਏਟ ਹੋਣ ਤੋਂ ਬਾਅਦ ਮੈਂ ਆਪਦੀ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਕੰਪਲੀਟ ਕੀਤੀ ਆ ਮੈਕਗਿਲ ਯੂਨੀਵਰਸਿਟੀ ਮੋਂਟਰੀਅਲ 'ਚ। ਓਕੇ। ਉੱਥੋਂ ਵਾਪਸ ਆ ਕੇ ਮੈਂ ਇੱਥੇ ਦੋ ਤਿੰਨ ਵੱਡੇ ਇਨਫਰਾਸਟ੍ਰਕਚਰ ਇੰਜੀਨੀਅਰਿੰਗ ਫਰਮ ਲਈ ਕੰਮ ਕੀਤਾ ਸੀਗਾ। ਰਾਈਟ। ਅਸੀਂ ਪੋਰਟਮੈਨ ਹਾਈਵੇ 1 ਪ੍ਰੋਜੈਕਟ ਡਿਜ਼ਾਈਨ ਕੀਤਾ, ਆਟੋਵਾ ਦੇ ਵਿੱਚ ਕਨਫੈਡਰੇਸ਼ਨ ਲਾਈਨ ਜਿਹੜੀ LRT ਲਾਈਨ ਆ ਉਹ ਡਿਜ਼ਾਈਨ ਕੀਤੀ ਆ। ਐਵਰਗ੍ਰੀਨ ਲਾਈਨ ਦਾ ਅਸੀਂ ਆਪਣੀ ਕੰਪਨੀ ਓਨਰਸ ਇੰਜੀਨੀਅਰ ਸੀਗੀ ਅਤੇ 2 ਸਾਲ ਪਹਿਲਾਂ ਮੈਂ ਆਪਦੀ ਡਿਜ਼ਾਈਨ ਬਿਲਡ ਦੀ ਕੰਪਨੀ ਖੋਲ੍ਹੀ ਆ, ਉਹਦੇ ਵਿੱਚ ਅਸੀਂ ਆਰਕੀਟੈਕਚਰ ਇੰਜੀਨੀਅਰਿੰਗ ਅਤੇ ਪ੍ਰੋਜੈਕਟ ਮੈਨੇਜਮੈਂਟ ਕਰਦੇ ਹਾਂ। ਵੈਰੀ ਸਕਸੈਸਫੁਲ, ਛੋਟੀ ਜਿਹੀ ਉਮਰ ਵਿੱਚ ਤੁਸੀਂ ਕਾਮਯਾਬ ਹੋ ਰਹੇ ਹੋ। ਪੋਲੀਟਿਕਸ ਵਾਲੇ ਪਾਸੇ ਕਿਵੇਂ ਧਿਆਨ ਆਇਆ ਕਿ ਮੈਂ ਕਾਉਂਸਲ ਵਾਸਤੇ ਜਿਹੜਾ ਹੈ ਇਹ ਆਪਣਾ ਨਾਂ ਅੱਗੇ ਲੈ ਕੇ ਆਵਾਂ? ਉਹ ਜੇ ਸਰੀਰ ਵੱਲ ਦੇਖਿਆ ਜਾਵੇ ਆਪਣੀ ਇੱਥੇ ਅੱਧੀ ਪਾਪੂਲੇਸ਼ਨ 30 ਸਾਲ ਨਾਲੋਂ ਯੰਗਰ ਹੈ। ਰਾਈਟ। ਬਟ ਆਪਣੀ ਗਵਰਨਮੈਂਟ, ਪ੍ਰੀਵੀਅਸ ਗਵਰਨਮੈਂਟ ਅਤੇ ਕਾਉਂਸਲ ਇਹ ਫੈਕਟ ਨੂੰ ਰਿਫਲੈਕਟ ਨਹੀਂ ਕਰਦੀ। ਰਾਈਟ। ਰਾਈਟ। ਸੋ ਮੈਨੂੰ ਲੱਗਦਾ ਜੇ ਆਪਣਾ ਸਰੀਰ ਨੂੰ ਚੇਂਜ ਕਰਨਾ, ਫਿਊਚਰ ਆਪਣੇ ਨਵੇਂ ਏਰਾ 'ਚ ਲੈ ਕੇ ਆਉਣਾ, ਆਪਾਂ ਨੂੰ ਯੰਗਰ ਅਤੇ ਨਵੇਂ ਪਰਸਪੈਕਟਿਵ ਚਾਹੀਦੇ ਆ ਕਾਉਂਸਲ 'ਤੇ। ਰਾਈਟ। ਸੋ ਇਹ ਵੀ ਕਿਹੜੇ ਉਹ ਪਰਸਪੈਕਟਿਵਸ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਪੈਸ਼ਨੇਟ ਹੈਗੇ ਹੋ ਅਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੈਗੇ ਹੋ? ਕਿਉਂਕਿ ਮੈਂ ਤੁਹਾਡੇ ਨਾਲ ਮੇਜਰ ਜਿਹੜੇ ਤੁਹਾਡੇ ਪਲੇਟਫਾਰਮ ਨੇ ਉਹਨੂੰ ਆਈ ਵੁੱਡ ਨਾਟ ਲਾਈਕ ਟੂ ਡਿਸਕਸ ਬਿਕੋਜ਼ ਬਰੂਸ ਸਾਨੂੰ ਦੱਸ ਚੁੱਕੇ ਨੇ। ਸੋ ਤੁਸੀਂ ਕੀ ਸਮਝਦੇ, ਤੁਸੀਂ ਕੀ ਟੇਬਲ 'ਤੇ ਲੈ ਕੇ ਆਓਗੇ, ਤੁਹਾਡੀ ਜਿਹੜੀ ਕੇਪੇਬਿਲਿਟੀ ਹੈਗੀ ਹੈ ਉਹਦੇ ਨਾਲ ਤੁਸੀਂ ਕਿਸ ਤਰ੍ਹਾਂ ਸਰੀਰ ਨੂੰ ਹੋਰ ਬੈਟਰ ਕਰ ਸਕਦੇ ਹੋ? ਮੇਰੇ ਪ੍ਰਾਇਮਰੀ ਫੋਕਸ 2 ਚੀਜ਼ਾਂ ਨੇ। ਇੱਕ ਤਾਂ ਮੇਰਾ ਬੈਕਗਰਾਊਂਡ ਹੈਗਾ ਆਰਕੀਟੈਕਚਰ ਇੰਜੀਨੀਅਰਿੰਗ ਅਤੇ ਕੰਸਟਰਕਸ਼ਨ। ਜੀ। ਸੋ ਮੈਂ ਚਾਹੁੰਦਾ ਵੀ ਆਪਾਂ ਸਮਾਰਟ ਸਿਟੀ ਟੈਕਨੋਲੋਜੀ ਸਰੀ ਨੂੰ ਲਿਆਏ। 10 ਸਾਲਾਂ ਦੇ ਵਿੱਚ ਸਰੀ ਨੇ BC ਤੋਂ ਸਾਰੇ ਦੀ ਲਾਰਜਸਟ ਸਿਟੀ ਹੋ ਜਾਣਾ। ਰਾਈਟ। ਸੋ ਆਪਾਂ ਨੂੰ ਉਹਮੇ ਐਕਟ ਕਰਨਾ ਚਾਹੀਦਾ। ਓਕੇ। ਸਮਾਰਟ ਸਿਟੀ ਟੈਕਨੋਲੋਜੀ ਹੁੰਦੀ ਹੈ, ਲੈਟਸ ਸੇ ਫੋਰ ਐਗਜ਼ਾਮਪਲ ਟ੍ਰੈਫਿਕ ਲਾਈਟਸ। ਆਪਣੇ ਆਪਾਂ ਨੂੰ ਲੱਗਦਾ ਹੁੰਦਾ ਵੀ ਟ੍ਰੈਫਿਕ ਦਾ ਸੋਲੂਸ਼ਨ ਹੁੰਦਾ ਵੀ ਸੜਕਾਂ ਨੂੰ ਚੌੜੀਆਂ ਕਰ ਦਿਓ, ਪਰ ਉਹਦਾ ਇੱਕ ਕੋਸਟ ਕਾਫੀ ਆਉਂਦੀ ਹੈ। ਰਾਈਟ। ਉਹ ਤੋਂ ਪਹਿਲਾਂ ਆਪਾਂ ਸਾਰੇ ਇੰਟਰਸੈਕਸ਼ਨ ਵੱਲ ਜਾ ਸਕਦੇ ਹਾਂ, ਉਹਨਾਂ ਨੂੰ ਉੱਥੇ ਕੈਮਰਾ ਅਤੇ ਸੈਂਸਰ ਇੰਟਰੋਡਿਊਸ ਕਰ ਸਕਦੇ ਹਾਂ। ਰਾਈਟ। ਅਤੇ ਆਪਣਾ ਕੰਜੈਸ਼ਨ ਅਤੇ ਟ੍ਰੈਫਿਕ ਆਪਣਾ ਕਮਿਊਟ 25-30% ਘੱਟ ਸਕਦਾ ਇਕੱਲੇ ਇਹ ਸੈਂਸਰ ਇਨੋਵੇਸ਼ਨਸ ਨੂੰ ਅਡਾਪਟ ਕਰਕੇ। ਯਾ। ਸੋ ਇਹਨਾਂ ਦੀ ਕੋਸਟ ਘੱਟ ਹੁੰਦੀ ਹੈ, ਸੋ ਐਫੀਸ਼ੀਐਂਸੀ ਵੱਧ ਹੁੰਦੀ ਹੈ। ਓਕੇ। ਸੋ ਇੱਕ ਤਾਂ ਇਹ ਪੈਸ਼ਨ ਤੁਹਾਡਾ ਹੈਗਾ, ਦੂਸਰਾ ਐਜ਼ ਅ ਯੰਗਸਟਰ ਤੁਸੀਂ ਵੀ ਸਕੂਲਾਂ 'ਚੋਂ ਲੰਘੇ ਹੈਗੇ ਹੋ, ਜੋ ਇੱਥੇ ਗੈਂਗ ਵਾਰਸ ਚੱਲ ਰਹੀਆਂ ਹੈਗੀਆਂ ਨੇ, ਵਾਇਲੈਂਸ ਚੱਲ ਰਿਹਾ, ਉਸ ਤੋਂ ਸਾਰੇ ਹੀ ਲੋਕ ਆਪਣੇ ਕਮਿਊਨਿਟੀ ਦੇ ਵਿੱਚ ਬਲਕਿ ਦੂਸਰੀ ਕਮਿਊਨਿਟੀਜ਼ ਵਿੱਚ ਵੀ ਡਰੇ ਹੋਏ ਨੇ, ਘਬਰਾਏ ਹੋਏ ਨੇ। ਸੋ ਤੁਸੀਂ ਕੀ ਸਮਝਦੇ ਹੋ ਕਿ ਕਿੱਥੇ ਤੁਸੀਂ, ਕਿਉਂਕਿ ਇਸ ਫੀਲਡ 'ਚੋਂ ਲੰਘੇ ਹੋ, ਯੰਗਸਟਰ ਹੋ, ਤੁਸੀਂ ਦੇਖਿਆ ਸਭ ਕੁਝ, ਤੁਸੀਂ ਕੀ ਇੱਥੇ ਚੇਂਜ ਲਿਆਓਗੇ? ਆਈ ਥਿੰਕ ਆਪਾਂ ਨੂੰ ਸਟੋਰੀ ਦੇ ਵਿੱਚ ਥੋੜ੍ਹਾ ਫੋਕਸ ਨੂੰ ਸ਼ਿਫਟ ਕਰਨਾ ਚਾਹੀਦਾ। ਰਾਈਟ। ਆਪਾਂ ਆਪਣੀ ਸਿਟੀ ਨੈਗੇਟਿਵ ਕਾਫੀ ਬਣਾਈ ਹੋਈ ਆ, ਪਰ ਇੱਥੇ ਕਾਫੀ ਯੰਗਰ ਜਨਰੇਸ਼ਨ ਹੈਗੇ ਤੇ ਆਪਦੇ ਕਰੀਅਰ ਨੂੰ ਫਰਦਰ ਕਰਦੇ ਆ, ਐਜੂਕੇਸ਼ਨ ਹੈਗੀ ਆ। ਰਾਈਟ। ਸੋ ਆਪਾਂ ਨੂੰ ਸਪੋਟਲਾਈਟ ਥੋੜ੍ਹੀ ਸ਼ਿਫਟ ਕਰੀਏ ਅਤੇ ਆਪਾਂ ਨੂੰ ਰੋਲ ਮਾਡਲ ਮੂਹਰੇ ਲਿਆਈਏ। ਜਿਹੜੀ ਯੰਗਰ ਜਨਰੇਸ਼ਨ ਕਾਫੀ ਇਨਫਲੂਐਂਸਬਲ, ਸਪੈਸ਼ਲੀ ਸੋਸ਼ਲ ਮੀਡੀਆ ਦੇ ਨਾਲ। ਰਾਈਟ। ਜੇ ਉਹ ਗੈਂਗਸਟਰਸ ਅਤੇ ਡਰੱਗਸ ਨੂੰ ਦੇਖਦੇ ਆਲ ਦਾ ਟਾਈਮ, ਉਹਦੇ ਵੱਲ ਹੀ ਗ੍ਰੈਵੀਟੇਟ ਹੁੰਦੇ ਆ। ਰਾਈਟ। ਸੋ ਆਪਾਂ ਜੇ ਸਪੋਟਲਾਈਟ ਸ਼ਿਫਟ ਕਰੀਏ, ਦਿਖਾਈਏ ਵੀ ਆਪਣੇ ਉੱਥੇ ਕਮਿਊਨਿਟੀ 'ਚ ਕਾਫੀ ਵਧੀਆ ਯੰਗਰ ਜਨਰੇਸ਼ਨ ਹੈਗੀ ਆ, ਵਧੀਆ ਕੰਮ ਕਰਦੇ ਆ, ਉਹਨਾਂ ਦੇ ਫਿਰ ਨੈਚੁਰਲੀ ਆਪਣਾ ਸ਼ਿਫਟ ਚੇਂਜ ਹੋ, ਪਰਸਪੈਕਟਿਵ ਚੇਂਜ ਹੋ ਜਾਂਦਾ। ਰਾਈਟ। ਸੋ ਤੁਹਾਡਾ ਫੋਕਸ ਹੋਏਗਾ ਕਿ ਅਸੀਂ ਯੰਗਸਟਰਸ ਦੇ ਵਿੱਚੋਂ ਹੀ, ਕਿਉਂਕਿ ਆਫਕੋਰਸ ਜਿੰਨੀ ਪਾਪੂਲੇਸ਼ਨ ਉਹਦੇ 'ਚੋਂ ਹਜ਼ਾਰਾਂ ਹੀ ਐਸੇ ਯੰਗਸਟਰਸ ਨੇ ਜਿਹੜੇ ਕਿ ਬਹੁਤ ਵਧੀਆ ਕੰਮ ਕਰ ਰਹੇ ਨੇ, ਬਟ ਦੇ ਡੋਂਟ ਗੈਟ ਐਨ ਓਪਰਚੁਨਿਟੀ ਟੂ ਬੀ ਬ੍ਰੌਟ ਫਾਰਵਰਡ। ਐਗਜ਼ੈਕਟ। ਸੋ ਯੂ ਵਿਲ ਐਸਪਾਊਸ ਫੋਰ ਦੈਟ। ਯੈਸ। ਅਤੇ ਨਾਲੇ ਆਪਣੀ ਜਿਹੜੀ ਗੈਂਗ ਵਾਇਲੈਂਸ ਅਤੇ ਡਰੱਗਸ ਦੀ ਪ੍ਰੋਬਲਮ ਹੈ, ਇਹ ਕਾਫੀ ਕੰਪਲੈਕਸ ਆ, ਇਕੱਲੇ ਇੱਕ ਚੀਜ਼ ਦੇ ਨਾਲ ਨਹੀਂ ਸੋਲਵ ਹੋਣੀ, ਪੁਲਿਸ ਚੇਂਜ ਨਾਲ ਨਹੀਂ ਸੋਲਵ ਹੋਣੀ, ਇਕੱਲੇ ਰੋਲ ਮਾਡਲ ਮੂਹਰੇ ਲਿਆ ਕੇ ਨਹੀਂ ਸੋਲਵ ਹੋਣੀ। ਆਪਾਂ ਨੂੰ ਸਾਰੇ ਪਾਸੇ ਅਪਰੋਚ ਕਰਨਾ ਪੈਣਾ, ਪੇਰੈਂਟਸ ਨੂੰ ਐਜੂਕੇਸ਼ਨ ਚਾਹੀਦੀ ਹੈ, ਟੀਚਰਸ ਨੂੰ ਐਜੂਕੇਸ਼ਨ ਚਾਹੀਦੀ ਹੈ, ਆਪਾਂ ਨੂੰ ਕਮਿਊਨਿਟੀ ਐਜ਼ ਅ ਇੰਟਾਇਰ ਲਾਈਕ ਹੋਲ ਟੀਮ ਨੂੰ ਇਨਵੋਲਵਮੈਂਟ ਹੋਣੀ ਚਾਹੀਦੀ ਹੈ। ਰਾਈਟ। ਬਿਕੋਜ਼ ਇਟ ਟੇਕਸ ਅ ਕਮਿਊਨਿਟੀ ਟੂ ਰੇਜ਼ ਅ ਚਾਈਲਡ ਐਂਡ ਨਾਟ ਜਸਟ ਪੇਰੈਂਟਸ ਔਰ ਨਾਟ ਜਸਟ ਟੀਚਰਸ। ਸੋ ਐਂਡ ਬਿਕੋਜ਼ ਤੁਸੀਂ ਕੰਸਟਰਕਸ਼ਨ ਨਾਲ ਜੁੜੀਆਂ ਹੋਈਆਂ ਚੀਜ਼ਾਂ ਨਾਲ ਜੁੜੇ ਹੋਏ ਹੋ, ਤਾਂ ਤੁਸੀਂ ਦੇਖਦੇ ਹੋ ਕਮਿਊਨਿਟੀ ਦੇ ਕਾਫੀ ਸਾਰੇ ਇਸ਼ੂਜ਼ ਨੇ, ਸਾਡੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕੰਸਟਰਕਸ਼ਨ ਫੀਲਡ ਨਾਲ ਇਨ ਵਨ ਵਰ ਦੇ ਅਦਰ ਰਿਲੇਟਡ ਹੈਗੇ ਨੇ, ਉਹਨਾਂ ਦੇ ਇਸ਼ੂਜ਼ ਨੇ ਸਿਟੀ ਹਾਲ ਦੇ ਨਾਲ ਹੈਗੇ ਨੇ, ਤਾਂ ਉਹਨਾਂ ਦੇ ਵਾਸਤੇ ਅਖੀਰ ਵਿੱਚ ਸਾਨੂੰ ਦੱਸੋ ਤੁਸੀਂ ਕੀ ਯੋਗਦਾਨ ਪਾਓਗੇ? ਆਪਣੀ ਟੀਮ, ਅਸੀਂ ਰੈਡ ਟੇਪ ਨੂੰ ਰਿਡਿਊਸ ਕਰਨਾ ਚਾਹੁੰਦੇ ਹਾਂ, ਆਪਣਾ ਜਿਹੜਾ ਪਰਮਿਟ ਪ੍ਰੋਸੈਸਿੰਗ ਟਾਈਮ ਆ ਅਤੇ ਬਾਕੀ ਦੇ ਐਪਲੀਕੇਸ਼ਨ ਟਾਈਮ, ਵੈਦਰ ਟੈਨੈਂਟ ਇੰਪਰੂਵਮੈਂਟ ਹੋਵੇ, ਕੁਛ ਵੀ ਹੋਵੇ, ਅਸੀਂ ਉਹਦਾ ਟਾਈਮ ਘਟਾਉਣਾ ਚਾਹੁੰਦੇ ਹਾਂ, ਬਿਕੋਜ਼ ਜਿੰਨਾ ਟਾਈਮ ਵੱਧ ਲੱਗਦਾ ਉਨੇ ਕੋਸਟ ਪਈ ਜਾਂਦੇ ਆ ਕਲਾਇੰਟ ਦਾ, ਓਨਰਸ ਨੂੰ।
ਉਹ ਆਪਣੇ ਸਾਰਿਆਂ ਨੂੰ ਬੈਨੀਫਿਟ ਹੁੰਦਾ ਤੇ ਉਹਦੇ ਲਈ ਆਪਾਂ ਨੂੰ ਡਿਪਾਰਟਮੈਂਟ ਨੂੰ ਰਿਵਿਊ ਕਰਨਾ ਚਾਹੀਦਾ ਐਫੀਸ਼ੀਐਂਸੀ ਲਈ ਤੇ ਪ੍ਰੋਸੈਸ ਲਈ ਮੇਬੀ ਆਪਾਂ ਨੂੰ ਇੰਟਾਇਰ ਪ੍ਰੋਸੈਸ ਹੀ ਚੇਂਜ ਕਰਨਾ ਚਾਹੀਦਾ ਰਾਈਟ ਐਫੀਸ਼ੀਐਂਟ ਬਣਾਉਣ ਲਈ ਗ੍ਰੇਟ ਫਾਈਨਲੀ 20 ਅਕਤੂਬਰ ਨੂੰ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਉਹ ਐਵੀ ਧਾਲੀਵਾਲ ਨੂੰ ਹੀ ਕਿਉਂ ਵੋਟ ਪਾਉਣ ਆਈ ਥਿੰਕ ਆਪਣੇ ਮੇਰੇ ਵੱਲ ਤੇ ਮੇਰੇ ਲਈ ਤੇ ਬਰੂਸ ਲਈ ਆਪਣੀ ਬਾਕੀ ਦੀ ਟੀਮ ਲਈ ਅਸੀਂ ਕਾਫੀ ਡਾਈਵਰਸ ਹਾਂ ਤੇ ਇਹ ਇਲੈਕਸ਼ਨ ਲੀਡਰਸ਼ਿਪ ਰਾਈਟ ਇਟਸ ਅਬਾਊਟ ਲੀਡਰਸ਼ਿਪ ਰਾਈਟ ਤੇ ਜਿਹੜੇ ਸਾਰੇ ਆਪਣੀ ਸਲੇਟ ਤੇ ਆ ਉਹ ਆਪ ਇੰਡੀਵਿਜੁਅਲ ਲੀਡਰ ਵੀ ਹੈਗੇ ਆ ਤੇ ਨਾਲੇ ਟੀਮ ਦੇ ਨਾਲ ਜੁਆਇਨ ਹੁੰਦੇ ਉਹਨਾਂ ਦੇ ਆਈਡੀਆਜ਼ ਬੈਟਰ ਬਣਦੇ ਰਾਈਟ ਬਿਕਾਜ਼ ਆਪਾਂ ਨੂੰ ਰੈਕਗਨਾਈਜ਼ ਕਰਨਾ ਚਾਹੀਦਾ ਵੀ ਇੱਕ ਪਰਸਨ ਸਾਰੇ ਸੋਲੂਸ਼ਨ ਉਹਨਾਂ ਨੂੰ ਨਹੀਂ ਆਉਣੇ ਰਾਈਟ ਬਟ ਐਜ਼ ਅ ਟੀਮ ਵੀ ਕੈਨ ਮੇਕ ਅ ਡਿਫਰੈਂਸ ਐਗਜ਼ੈਕਟਲੀ ਵੰਡਰਫੁਲ ਐਂਡ ਤੁਹਾਡਾ ਨਾਮ ਜਿਹੜਾ ਬੈਲਟ ਤੇ ਲਿਖਿਆ ਹੋਏਗਾ ਕਿਸ ਤਰ੍ਹਾਂ ਲਿਖਿਆ ਹੋਏਗਾ ਅਵੀ ਤਾਲੀਵਾਲ ਇਟ ਵਾਜ਼ ਅ ਪਲੇਜ਼ਰ ਟਾਕਿੰਗ ਟੂ ਯੂ ਥੈਂਕ ਯੂ ਐਂਡ ਬੈਸਟ ਵਿਸ਼ਿਜ਼ ਐਂਡ ਆਸ ਕਰਦੇ ਹਾਂ ਕਿ ਐਜ਼ ਅ ਯੰਗਸਟਰ ਜੋ ਤੁਸੀਂ ਆਪਣਾ ਨਾਮ ਅੱਗੇ ਲਿਆ ਇਹਦੇ ਨਾਲ ਹੋਰ ਵੀ ਸਾਡੇ ਯੰਗਸਟਰਸ ਮੋਟੀਵੇਟ ਹੋਣਗੇ ਕਿਉਂਕਿ ਪੋਲੀਟੀਕਲ ਪ੍ਰੋਸੈਸ ਤੋਂ ਬਹੁਤ ਸਾਰੇ ਨੌਜਵਾਨ ਭੱਜ ਜਾਂਦੇ ਨੇ ਐਂਡ ਵਿਦ ਯੂ ਆਰ ਕਮਿੰਗ ਇਨ ਵੀ ਹੋਪ ਦੇ ਗੈਟ ਇੰਸਪੀਰੇਸ਼ਨ ਐਂਡ ਕੰਗਰੈਚੁਲੇਸ਼ਨਸ ਐਂਡ ਬੈਸਟ ਵਿਸ਼ਿਜ਼ ਥੈਂਕ ਯੂ